ਪੰਜਾਬ 2019 ਪਾਵਰਡ ਬਾਏ ਲੈਕਮੇ ਸੈਲੂਨ ਜਲੰਧਰ। ਇੱਥੇ ਅੱਜ ਇਸੇ ਜਲੰਧਰ ਵੀ ਚੁਣੀ ਜਾਵੇਗੀ, ਸੋ ਇਸ ਲਈ ਮੈਂ ਆਪਣੀ ਅਗਲੀ ਕੰਟੈਸਟੈਂਟ ਨੂੰ ਇਨਵਾਈਟ ਕਰਨਾ ਚਾਹਾਂਗੀ ਸਟੇਜ ਤੇ। ਟੈਗ ਨੰਬਰ 205 ਨੀਤੂ। ਹਾਂਜੀ
ਮੈਂ ਪਹਿਲਾਂ ਕਿਹਾ ਹਲੇ ਮਾਰਕਿੰਗ ਬਹੁਤ ਈਜ਼ੀ ਹੈ ਤਾਂ ਹਲੇ ਕਿਹੜੀ ਨਾਈਟ ਦੀ ਮਾਰਕਿੰਗ ਹੋਣੀ ਹੈ ਜੇ ਤੁਹਾਨੂੰ ਨਹੀਂ ਹੋਗੀ ਪਰ ਤੁਸੀਂ ਆਨਸਰ ਬਹੁਤ ਓਨੈਸਟ ਕੀਤੇ ਹੈ ਨਾ ਤੁਸੀਂ ਜੋ ਹੈਗੇ ਉਹੀ ਤੁਸੀਂ ਸਟੇਜ ਤੇ ਕੇ ਆਪਣੇ ਆਪ ਨੂੰ ਪ੍ਰੂਵ ਕੀਤਾ ਤੇ ਲੇਵਲ ਆਫ ਗੁੱਡ ਵਰਕ ਬੈਸਟ ਮਿਸ਼ੀ ਥੋੜੀ ਸੋਚ ਮੈਨੂੰ ਬਹੁਤ ਵਧੀਆ ਲੱਗੀ ਕਿਉਂਕਿ ਦੇਖੋ ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ ਪੋਜ਼ਿਟਿਵ ਵੀ ਨੇ ਨੈਗੇਟਿਵ ਵੀ ਨੇ ਜਿਵੇਂ ਸੋਸ਼ਲ ਮੀਡੀਆ ਦੀ ਵਰਤੀ ਨੂੰ ਕੁਝ ਇਸੇ ਪੁਆਇੰਟ ਵੀ ਹਰ ਚੀਜ਼ ਦੇ ਅੰਦਰ ਸੋ ਇਟ ਬੈਸਟ ਕੋ ਪਰਸਨ ਕਿਉਂ ਆਪ ਕੀ ਵੀ ਯੂਜ਼ ਕਰਦਾ ਸੋ ਗੁੱਡ ਲੱਕ ਮੇਰੇ ਲੋ ਥੋੜੀ ਸੋਚ ਬਹੁਤ ਵਧੀਆ ਕਿ ਮੈਂ ਕਿੱਦਾਂ ਦੀ ਲੱਗ ਰਹੀ ਹਾਂ ਉਹ ਕਹਿੰਦੇ ਕਿ ਚੁੜੇਲ ਬਣ ਕੇ ਆ ਗਿਆ ਵੇਖੋ
ਜੇ ਇੱਕ ਪਾਸੇ ਸ਼ਾਹਰੁਖ ਖਾਨ ਖੜਾ ਹੋਵੇ ਹਾਂਜੀ ਇੱਕ ਪਾਸੇ ਧੋਨੀ ਖੜਾ ਹੋਵੇ ਹਾਂਜੀ ਵਿਆਹ ਕਿਹਦੇ ਨਾਲ ਕਰਾਂਗੇ Thank you so much. Thank you.
ਬਹੁਤ ਘੱਟ ਮੈਂ ਦੇਖੇ ਨੇ ਕਿ ਜਿਹੜੇ ਤੁਸੀਂ ਅਸੀਂ ਕਹਿੰਦੇ ਆ ਕਿ ਇਹ ਰੀਅਲ ਨੇ
ਕਿ ਤੁਸੀਂ ਆਪਣੀ ਰੈਲਿਟੀ ਦਿਖਾਉਂਦੇ ਹੋ ਬਟ ਮੋਸਟਲੀ ਕੇਸਿਸ ਵਿੱਚ ਮੈਂ ਇਹੀ ਦੇਖਿਆ ਕਿ ਵਿਆਹ ਤੋਂ ਬਾਅਦ ਹੀ ਜਿਹੜੀ ਹੈ ਰੈਲਿਟੀ ਪਤਾ ਚੱਲਦੀ ਹੈ ਕਿ ਐਕਚੁਅਲ ਵਿੱਚ ਤੁਸੀਂ ਐਕਚੁਅਲੀ ਪੋਜ਼ਿਟਿਵ ਦੂਜੇ ਇੱਕ ਦੂਜੇ ਨੂੰ ਪੋਜ਼ਿਟਿਵ ਹੀ ਦਿਖਾਉਂਦੇ ਹੋ ਪੋਜ਼ਿਟਿਵ ਹੀ ਦਿਖਾਉਂਦੇ ਹੋ ਤੁਸੀਂ ਹਮੇਸ਼ਾ ਕਦੇ ਵੀ ਨੈਗੇਟਿਵ ਨਹੀਂ ਦਿਖਾਉਂਦੇ ਨੈਗੇਟਿਵ ਚੀਜ਼ ਬਾਅਦ ਵਿੱਚ ਖੜਕਦੇ ਆ ਪਹਿਲਾਂ ਡੈਫੀਨਿਟਲੀ ਨਹੀਂ ਬਟ ਲਿਟਲ ਬਿਟ ਮੈਂ ਗੌਰਵ ਦੀ ਗੱਲ ਨਾਲ ਥੋੜਾ ਐਗਰੀ ਆ ਕਿ ਪਤਾ ਕੀ ਹੈ ਅਸੀਂ ਫੇਕ ਇੱਕ ਦਿਨ ਇੱਕ ਮਹੀਨੇ ਲਈ 6 ਮਹੀਨੇ ਲਈ ਹੋ ਸਕਦਾ ਬਟ ਜਦੋਂ ਅਸੀਂ ਇਕੱਠੇ ਈਵਨ ਹਸਬੈਂਡ ਵਾਈਫ ਨਹੀਂ ਕੋਈ ਵੀ ਰਿਲੇਸ਼ਨਸ਼ਿਪ ਤੁਸੀਂ ਲੈ ਲਓ ਚਾਹੇ ਸਗੀਆਂ ਸਿਸਟਰਸ ਨੇ ਆਪਾਂ ਮਾਂ ਬਾਪ ਦੇ ਘਰ ਰਹਿੰਦੇ ਹਾਂ ਨਾ ਕਈ ਵਾਰੀ ਹੁੰਦਾ ਬਹੁਤ ਬੈਸਟ ਫਰੈਂਡਸ ਹੁੰਦੀ ਹੈ ਅਤੇ ਜਦੋਂ ਬਹੁਤ ਬੈਸਟ ਫਰੈਂਡ ਹੁੰਦੀ ਆ ਉਹਨਾਂ ਦੀ ਇੰਨੀ ਜ਼ਿਆਦਾ ਬਣਦੀ ਹੈ ਕਿ ਉਹ ਇੱਕ ਦੂਜੇ ਦੇ ਬਿਨਾਂ ਕਾਲਜ ਸਕੂਲ ਦੇ ਵਿੱਚ ਰੋਟੀ ਵੀ ਨਹੀਂ ਖਾਂਦੀਆਂ ਬਟ ਕਦੇ ਮੌਕਾ ਮਿਲ ਜਾਂਦਾ ਕਿ ਉਹਨਾਂ ਨੂੰ ਇਕੱਠੇ ਛੱਡਿਆ ਜਾਂਦਾ ਕਿਤੇ ਵੀ ਲਾਈਕ ਆਪਾਂ ਫੋਰ ਇਗਜ਼ਾਮਪਲ ਬਿਗ ਬੋਸ ਦੀ ਇਗਜ਼ਾਮਪਲ ਲੈ ਲੈਂਦੇ ਹਾਂ ਉੱਥੇ ਹਸਬੈਂਡ ਵਾਈਫ ਵੀ ਆਉਂਦੇ ਨੇ ਕਪਲਸ ਵੀ ਬਹੁਤ ਸਾਰੀ ਚੀਜ਼ਾਂ ਹੈ ਨਾ ਬਟ ਜਦੋਂ ਅਸੀਂ ਨਾਲ ਰਹਿੰਦੇ ਹਾਂ ਨਾ ਜੋ ਈਵਨ ਮੇਰੀ ਖੁਦ ਦੀ ਲਵ ਮੈਰਿਜ ਹੈ ਮੈਂ 8 ਈਅਰ ਤੋਂ ਬਾਅਦ ਸਾਡੀ ਮੈਰਿਜ ਹੋਈ ਹੈ ਨਾ ਅਤੇ ਜਦੋਂ ਅਸੀਂ ਲਾਈਕ ਇੱਕ ਦੂਜੇ ਦੇ ਨਾਲ ਰਹਿੰਦੇ ਹਾਂ ਉਦੋਂ ਇੱਕ ਦੂਜੇ ਦਾ ਪਤਾ ਚੱਲਦਾ ਹੈ ਕਿ ਕਿਸ ਤਰ੍ਹਾਂ ਹੈ ਅਤੇ ਜੇ ਮੈਂ ਇਸ ਗੱਲ 'ਚ ਥੋੜ੍ਹਾ ਆਈ ਮੈਨੂੰ ਨਹੀਂ ਪਤਾ ਪੂਰਾ ਪੰਜਾਬ ਦੇ ਵਿੱਚ ਕਿਸੇ ਕੋਈ ਮੇਰੀ ਗੱਲ ਨਾ ਹਰ ਜਿਹੜੀਆਂ ਜਦੋਂ ਵੀ ਤੁਹਾਡੇ ਘਰ ਦੇ ਤੁਹਾਨੂੰ ਕਹਿਣ ਮੈਰਿਜ ਕਰਵਾਉਂ ਐਟਲੀਸਟ 6 ਮਹੀਨੇ 7 ਮਹੀਨੇ 8 ਮਹੀਨੇ ਮੈਨੂੰ ਪਹਿਲਾਂ ਬੰਦੇ ਨਾਲ ਵਰਤ ਕੇ ਦੇਖਿਓ ਮੈਨੂੰ ਲੱਗਦਾ ਵੀ 6-7 ਮਹੀਨੇ ਫੇਕ ਬੰਦਾ ਹੁੰਦਾ ਚੋ ਆਪਾਂ ਕਹਿੰਦੇ ਫਸਟ ਇੰਪਰੈਸ਼ਨ ਇਜ਼ ਲਾਸਟ ਇੰਪਰੈਸ਼ਨ ਹੈ ਬਟ ਮੇਰੀ ਬੋਲ ਵੀ ਫਸਟ ਇੰਪਰੈਸ਼ਨ ਇਜ਼ ਨੈਵਰ ਦ ਐਕਚੁਅਲ ਇੰਪਰੈਸ਼ਨ ਬਿਕੋਜ਼ ਫਸਟ ਇੰਪਰੈਸ਼ਨ 'ਚ ਬੰਦਾ ਹਮੇਸ਼ਾ ਫੇਕ ਮੰਨਦਾ ਇਹ ਕਹਾਵਤ ਹੀ ਰਹੂੰਗਾ ਅੰਗਰੇਜ਼ਾਂ ਨੇ ਇਹੀ ਬਣਾ ਦੀ ਵੀ ਲਾਸਟ ਇੰਪਰੈਸ਼ਨ ਹੁੰਦਾ ਸੋ ਫਸਟ ਇੰਪਰੈਸ਼ਨ 'ਚ ਹਮੇਸ਼ਾ ਬੰਦਾ ਫੇਕ ਮੰਨੂ ਮੇਰਾ ਮੈਂ ਥੋੜ੍ਹਾ ਸਿੱਧਾ ਹੈ ਮੈਂ ਤੁਹਾਨੂੰ ਫਸਟ ਪਹਿਲੇ ਮੈਂ ਤੁਹਾਨੂੰ ਡਾਇਰੈਕਟ ਮੇਰੀ ਸੋਚ ਹੈ ਮੈਂ ਤੁਹਾਨੂੰ ਅਪਲਾਈ ਕਰ ਦੱਸੂੰਗਾ ਕੀ ਹੈ ਮੇਰੇ ਫੰਡੇ ਥੋੜੀ ਸੋਚ ਵੀ ਸੋਣੀ ਬਟ ਉਹੀ ਗੱਲ ਹੈ ਕਿ ਹਰ ਕਿਸੇ ਦਾ ਆਪਣਾ ਆਪਣਾ ਵਿਊ ਹੈ ਬਿਲਕੁਲ ਅਸੀਂ ਇੱਕ ਰੇਸ਼ੋ ਦੇਖੀ ਨਾ ਜਿਹੜੀ ਗੱਲ ਹੈ ਕਿ ਵੈਸਟਰਨ ਜੇ ਆਪਾਂ ਕਲਚਰ ਅਡਾਪਟ ਕਰ ਰਹੇ ਵੈਸਟਰਨ ਵਿੱਚ ਵੀ ਨੰਬਰਸ ਕੋਈ ਇਤਿਹਾਸ ਬਟ ਅੱਜ ਕੱਲ ਅਕੋਰਡਿੰਗ ਟੂ ਇੰਡੀਅਨ ਮੈਰਿਜ ਦਾ ਜਿਹੜਾ ਸਰਵੇ ਕੱਢਿਆ ਨਾ 70% ਮੈਰਿਜ ਅਨਸਕਸੈਸਫੁਲ ਜਾ ਰਹੀਆਂ ਜਾਂ ਇਹ ਦੂਜੇ ਸਾਲ ਉਹਨਾਂ ਦੇ ਕੇਸ ਕਲ ਸੀ ਸ਼ੁਰੂ ਹੋ ਜਾਂਦੇ ਨੇ ਡਾਈਵੋਰਸ ਦੀ ਫਾਈਲਸ ਤੁਸੀਂ ਲਾਅ ਦੇ ਵਿੱਚ ਜਾ ਕੇ ਦੇਖੋ ਜੁਡੀਸ਼ੀਅਲ ਦੇ ਜਿੰਨੇ ਫਾਈਲਸ ਫਰ ਰਹੇ ਨੇ 70% ਕੇਸ ਮੈਰਿਜ ਦੇ ਮਿਸਮੈਚ ਹੋ ਰਹੇ ਨੇ ਪਤਾ ਕਿਉਂ ਕਿਉਂਕਿ ਉਹਨਾਂ ਥਿੰਕਿੰਗ ਨਹੀਂ ਮੈਚ ਕਰਦੀ ਅਸੋ 10 ਸਾਲ ਪਹਿਲਾਂ ਥਿੰਕਿੰਗ ਹੋਰ ਸੀ ਸਾਰੇ ਜਿਹੜੇ ਕਪਲ ਦੀ ਸੋ ਇਟਸ ਬੈਟਰ 6-7 ਮਹੀਨੇ ਲਓ ਉਸ ਤੋਂ ਬਾਅਦ ਸਾਰੀ ਉਮਰ ਨਾਲ ਪਛਤਾ ਉਹਨਾਂ ਨੂੰ ਪਤਾ ਸਾਲ ਚ ਪੇਰੈਂਟ ਸੀਜ਼ਨ ਹੈ ਵਿਆਹ ਕਰਾਉਣ ਤੋਂ ਪਹਿਲਾਂ ਬਾਅਦ ਉਹਨਾਂ ਫਸ ਜਾਂਦੇ ਸੋਸਾਇਟੀ ਵੀ ਦੇਖਣਾ ਪੈਂਦਾ ਪਤਾ ਨਹੀਂ ਤੁਹਾਨੂੰ ਵਿਆਹ ਹੋ ਗਿਆ ਮਤਲਬ ਸੋਚ ਆਪਣੀ ਹਰ ਇੱਕ ਦਾ ਆਪਣਾ ਆਪਣਾ ਪੁਆਇੰਟ ਆਫ ਵਿਊ ਹੈ ਨਾ ਕੌਣ ਕਿੰਨਾ ਸੋਚਦਾ ਚਲੋ ਤੁਹਾਡਾ ਆਪਣਾ ਪੁਆਇੰਟ ਆਫ ਵਿਊ ਹੈ ਤੁਸੀਂ ਆਪਣਾ ਰੱਖਿਆ ਇਹ ਸਭ ਤੋਂ ਅੱਛੀ ਗੱਲ ਹੈ ਥੋੜਾ ਲੰਬਾ ਚੱਲ ਗਿਆ ਟੌਪਿਕ ਮੈਂ ਹਰ ਮੈਂ ਹਰ ਜਿਹੜੀ ਵੀ ਦੇਖ ਰਹੀ ਹੈ ਇਹ ਲੇਕਿਨ ਮੈਂ ਹਰ ਇਹ ਚੀਜ਼ ਸਾਨੂੰ ਬਹੁਤ ਅੱਛੀ ਲੱਗਦੀ ਹੈ ਕਿ ਤੁਸੀਂ ਨਾਲ ਨਾਲ ਸਭ ਆਨਸਰ ਵੀ ਦੱਸ ਬਿਲਕੁਲ ਇਹ ਮੈਂ ਹਰ ਰੀਸ਼ਨ ਦੇ ਕੁਐਸਚਨ ਪੁੱਛਣੇ ਪੁੱਛਣਾ ਭਾਜੀ ਜਿਵੇਂ ਨਾਲ ਮੈਂ ਨਹੀਂ ਕਹਿੰਦਾ ਮੇਰੀ ਸੋਚ ਨੂੰ ਅਪਲਾਈ ਕਰੋ ਪਰ ਮੇਰਾ ਆਨਸਰ ਮੇਰੇ ਕੋਲ ਇੱਕ ਹੀ ਹੈ ਜੇ ਆਪਾਂ ਜੈਨੂਅਨ ਆਪਾਂ ਸਿੱਟੇ ਤੇ ਖੜਨਾ ਲਿਵ ਇਨ ਰਿਲੇਸ਼ਨ ਜੇ ਐਵਰੇਜ ਦੇਖੀ ਜਾਵੇ ਤਾਂ ਨੋਟ ਸਕਸੈਸਫੁਲ 60% ਜਿਹੜੀਆਂ ਲਿਵਿੰਗ ਨਹੀਂ ਨਾ ਉਹ ਵੀ ਡਿਸਟਰਬ ਟੁੱਟ ਰਹੇ ਨੇ ਉਹ ਵੀ ਟੁੱਟ ਜਾਂ ਇੰਗਲੈਂਡ ਜਾਂ ਕਰ ਵੀ ਯੂਕੇ ਯੂਐਸਏ ਕਾਟਾ ਦਾ ਨਾਮ ਬੈਸਟ ਵੀ ਹੁੰਦੇ ਦੀਸ ਆਰ ਬੈਸਟ ਆਫ ਦ ਲਾਈਫ ਜੇ ਅਗਰ ਵੜੀਏ ਆਪਣੀ ਇੰਡੀਅਨ ਮੈਰਿਜ ਦਾ ਮੋਰ ਸਕਸੈਸਫੁਲ ਦਾ ਅਦਰ ਅਦਰ ਯੈਸ ਯੈਸ ਉਹ ਵੀ ਪੂਰੀ ਕਿਉਂ ਜਿਵੇਂ ਹੁਣ ਫਾਜ਼ੀ ਨੂੰ ਦਾ ਟਾਈਮ ਸੀਗਾ ਮੇਰੇ ਮਦਰ ਫਾਦਰ ਦਾ ਟਾਈਮ ਸੀਗਾ ਉਦੋਂ ਸੋਚ ਬਹੁਤ ਵਧੀਆ ਸੀ ਕਪਲ ਦੀ ਅੱਜ ਕੱਲ੍ਹ ਜਿਹੜੇ ਹੈ ਨਾ ਮੁੰਡੇ ਕੁੜੀਆਂ ਨੇ 25-25 ਸਾਲਾਂ ਉਹਨਾਂ ਦੀ ਸੋਚ ਸੋਸ਼ਲ ਮੀਡੀਆ ਕਾਫੀ ਸੋਸ਼ਲ ਮੀਡੀਆ ਜਦੋਂ ਐਡਵਾਂਟੇਜ ਹੈ ਡਿਸਐਡਵਾਂਟੇਜ ਹੈ ਉਹਦਾ ਜ਼ਿਆਦਾ ਡਿਸਐਡਵਾਂਟੇਜ ਹੈ ਕਿ ਸੋਸ਼ਲ ਮੀਡੀਆ ਤੇ ਬੰਦਾ ਕਿਸੇ ਦੀ ਗੱਡੀ ਤੇ ਕੇ ਫੋਟੋ ਖਿਚਾ ਹਾਂ ਉਹ ਸੋਚਦੇ ਨਹੀਂ ਕਿ ਸੋਚਦੇ ਸ਼ੇਅਰ ਹੋ ਗਈ ਆਪਾਂ ਨੇ ਬਟ ਉਹ ਫੇਕ ਇਹਨੂੰ ਫੇਕ ਕਹਿੰਦੇ ਆ ਜੇ ਇੰਸਟਾਗ੍ਰਾਮ ਵਟਸਐਪ ਬੰਦ ਹੋ ਜਾਵੇ ਨਾ ਮੈਂ ਕਹਿੰਦਾ ਜਿਹੜੇ 30% ਨਹੀਂ ਸਕਸੈਸਫੁਲ ਉਹ ਵੀ ਸਕਸੈਸਫੁਲ ਹੋ ਜਾਣਗੇ ਥੈਂਕ ਯੂ ਥੈਂਕ ਯੂ